ਜੇ ਥੋੜੇ ਦਿਨ ਹੋਏ ਆ ਆਇਆਂ ਨੂੰ ਤਾਂ ਫਿਰ ਵੀ ਇੰਨੇ ਬੱਚੇ ਸਾਨੂੰ ਜਾਣਦੇ ਆ ਤੁਸੀਂ ਪਤਾ ਅਸੀਂ ਤੁਹਾਡੇ ਲਈ ਆਏ ਹਾਂ ਤੁਹਾਡੇ ਪਿਆਰ ਲਈ ਆਏ ਹਾਂ ਅਸੀਂ ਇਸ ਪਿੰਡ ਦੇ ਜੰਮੇ ਪੜੇ ਹਾਂ ਇਸ ਪਿੰਡ ਦੀ ਮਿੱਟੀ ਸਾਡੇ ਅੰਦਰ ਆ ਅਤੇ ਤੁਹਾਡੇ ਲਈ ਬੱਚੇ ਉਹ ਆਏ ਹਾਂ ਅਤੇ ਪਹਿਲਾਂ ਤਾਂ ਮੈਂ ਸਭ ਤੋਂ ਇਸ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਆਪਾਂ ਜ਼ਿਆਦਾ ਵਕਤ ਨਹੀਂ ਲੈਣਾ ਕਿਉਂਕਿ ਸਕੂਲ ਦੀ ਔਰਗੇਨਾਈਜੇਸ਼ਨ ਜਿਹੜੀ ਆ ਮੈਂ ਉਹਨਾਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਇੰਨਾ ਸੁੰਦਰ ਫੰਕਸ਼ਨ ਇਹ ਬਹੁਤ ਸੀਮਿਤ ਸਮੇਂ ਦੇ ਵਿੱਚ ਆਯੋਜਿਤ ਕੀਤਾ ਅਤੇ ਇਹ ਕਰੀ ਜ਼ੋਰਦਾਰ ਤਾੜੀਆਂ ਇਹਨਾਂ ਦੇ ਕੰਮ ਦੀ ਅਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ ਜਦੋਂ ਵੀ ਬੇਟੇ ਅਸੀਂ ਬਾਹਰੋਂ ਕੈਨੇਡਾ ਤੋਂ ਆਉਂਦੇ ਹਾਂ ਅਸੀਂ ਸਕੂਲ ਦੇ ਵਿੱਚ ਹਮੇਸ਼ਾ ਆਉਂਦੇ ਹਾਂ ਸਾਨੂੰ ਮਿਲਦੇ ਹਾਂ ਅਤੇ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਇੱਕ ਜਿਹੜੇ ਯੂਥ ਆ ਜਿਹੜਾ ਬੱਚੇ ਆ ਉਹ ਹੀ ਕਿਸੇ ਦੇਸ਼ ਦਾ ਭਵਿੱਖ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਬੁੱਢਾ ਹੋ ਕੇ ਸਿਆਣਾ ਹੁੰਦਾ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਭਗਤ ਸਿੰਘ ਸਰਦਾਰ ਭਗਤ ਸਿੰਘ ਦੀ ਉਮਰ ਕਿੰਨੀ ਸੀਗੀ ਸੋ ਤੁਸੀਂ ਆ ਜਿਹਨਾਂ ਨੇ ਬਾਦਲੋਂ ਨੇ ਸਮਲਖ ਦੀ ਸਭਾ ਲੈਣੀ ਆ ਤੇ ਦੂਸਰਾ ਮੈਂ ਇਸ ਨਗਰ ਵਾਸੀਆਂ ਦਾ ਸਾਰੇ ਨਗਰ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਦਿਨ ਤੋਂ ਆਏ ਆ ਇਹਨਾਂ ਨੇ ਵੀ ਆਪਣਾ ਰਾਤ ਦਿਨ ਇੱਕ ਕਰ ਦਿੱਤਾ ਸਾਡੇ ਨਾਲ ਤੁਰੇ ਫਿਰਦੇ ਤੇ ਕੰਮਾਂ ਦੇ ਵਿੱਚ ਸਾਥ ਵਧਾਉਣੇ ਬੱਚਿਓ ਮੈਂ ਤੁਹਾਡੇ ਲਈ ਥੋੜੀ ਜਿਹੀ ਇੱਕ ਗੱਲ ਕਰਨੀ ਚਾਹੁੰਦਾ ਆ ਕਿ ਤੁਹਾਡੇ ਵਾਸਤੇ ਆਪਾਂ ਸਟੇਡੀਅਮ ਸ਼ੁਰੂ ਕਰ ਦਿੱਤਾ ਤੁਸੀਂ ਸ਼ਾਇਦ ਬਾਹਰ ਦੇਖਿਆ ਹੋਵੇ ਕਿੰਨੀਆਂ ਜਿਹੜੀਆਂ ਨੇ ਦੇਖਿਆ ਹੱਥ ਖੜੇ ਕਰੋ ਸਾਰਿਆਂ ਦੇ ਤੁਹਾਡੇ ਲਈ ਉਹ ਫੈਸਿਲਿਟੀ ਬਣ ਰਹੀ ਆ ਉਹਦੇ ਥੱਲੇ ਆਪਾਂ ਜਿਮ ਵੀ ਬਣਾ ਰਹੇ ਹਾਂ ਕਿਉਂਕਿ ਬੱਚਿਆਂ ਲਈ ਸਭ ਕੁਛ ਆ ਬੱਚੇ ਇੱਕ ਦੇਸ਼ ਦਾ ਸਰਮਾਇਆ ਆ ਤੁਸੀਂ ਇਸ ਦੇਸ਼ ਦਾ ਸਰਮਾਇਆ ਬੇਟੇ ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਸਾਡੀ ਮੀਟਿੰਗ ਅਧਿਆਪਕ ਸਾਹਿਬਾਨ ਦੇ ਨਾਲ ਹੋਈ ਆ ਤੇ ਅਸੀਂ ਨਗਰ ਵਾਸੀਆਂ ਨੂੰ ਵੀ ਇਹ ਚੀਜ਼ ਸੁਣਨੀ ਚਾਹੀਦੀ ਆ ਖਾਸ ਕਰਕੇ ਮੈਂ ਕਿਉਂਕਿ ਮੈਂ ਨਾਂ ਨਹੀਂ ਇਕੱਲਾ ਇਕੱਲਾ ਲੈਣਾ ਚਾਹੁੰਦਾ ਬਹੁਤ ਵਕਤ ਆ ਪਰ ਇਹ ਜ਼ਰੂਰ ਆ ਕਿ ਸਾਰੇ ਸੱਜਣ ਉਸ ਦਿਨ ਤੋਂ ਆਪਣੇ ਕੰਮ ਛੱਡ ਕੇ ਯਾਰ ਇਹਨੇ ਆਪਣੇ ਕੰਮ ਬੰਦ ਕਰ ਦਿੱਤੇ ਤੇ ਸਾਡੇ ਨਾਲ ਰਾਤ ਦਿਨ ਭੱਜੇ ਫਿਰਦੇ ਆ ਕਾਹਦੇ ਲਈ ਆਪਾਂ ਸਾਰੇ ਨੂੰ ਪਤਾ ਆਪਾਂ 4 ਤਰੀਕ ਦਿਨ ਐਤਵਾਰ ਸਵੇਰੇ 8 ਵਜੇ ਇੱਕ ਮੁਫ਼ਤ ਸਿਹਤ ਮੇਲਾ ਲਾ ਰਹੇ ਹਾਂ ਕਿੰਨਿਆਂ ਨੂੰ ਪਤਾ ਆਪਣੇ ਇੱਥੇ ਸਿਹਤ ਮੇਲਾ ਲੱਗ ਰਿਹਾ ਬਈ ਸ਼ਾਬਾਸ਼ ਸ਼ਾਬਾਸ਼ ਸੋ ਆਪਾਂ ਸਾਰਿਆਂ ਨੇ ਸਿਹਤ ਮੇਲੇ ਦੇ ਵਿੱਚ ਭਾਗ ਲੈਣਾ ਤੁਸੀਂ ਆਪਣੇ ਮੰਮੀ ਡੈਡੀ ਉਹਨਾਂ ਨੂੰ ਚਾਚੇ ਤਾਏ ਮਾਸੜ ਫੁੱਫੜ ਸਾਰਿਆਂ ਨੂੰ ਫੋਨ ਕਰਨੇ ਅੱਜ ਕਿ ਤੁਸੀਂ ਸਾਡੇ ਪਿੰਡ ਜ਼ਰੂਰ ਆਉਣਾ ਮੈਨੂੰ ਇਹ ਆ ਕੇ ਦੱਸਿਓ ਬਾਅਦ ਵਿੱਚ ਫੰਕਸ਼ਨ ਤੋਂ ਕਿ ਮੈਂ ਅੰਕਲ ਜੀ 10 ਬੰਦੇ ਬਾਹਰੋਂ ਸੱਦੇ ਸੀ ਤੇ ਮੈਂ ਤੁਹਾਨੂੰ ਇਨਾਮ ਦਊਂਗਾ ਉਸ ਗੱਲ ਪ੍ਰੋਮਿਸ ਕਹੋ ਹਾਂਜੀ ਠੀਕ ਆ ਇਹ ਆਪਣਾ ਕੈਂਪ ਆ ਰਿਹਾ ਉਹਦੇ ਬਾਰੇ ਬੇਟੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਦੂਸਰੀ ਗੱਲ ਇਹ ਆ ਕਿ ਅਸੀਂ ਅੱਜ ਇਹ ਗੱਲ ਕਹਿੰਦੇ ਹਾਂ ਕਿ ਕਦੀ ਵੀ ਇਹ ਨਹੀਂ ਸਮਝਣਾ ਕਿ ਇੱਕ ਵਿਅਕਤੀ ਇੱਥੇ ਆ ਕੇ ਕੋਈ ਕੰਮ ਕਰ ਰਿਹਾ ਇਹ ਸਾਰੇ ਨਗਰ ਵਾਸੀਆਂ ਦਾ ਤਾਂ ਸਾਰੇ NRI ਦਾ ਕਾਰਜ ਆ ਜਿਹਨੇ ਕਾਰਜ ਕਰ ਰਹੇ ਹਾਂ ਸਾਡਾ ਆਪਸ ਵਿੱਚ ਹੀ ਅਸੀਂ ਇਸ ਕੀ ਮੇਰੇ 3-4 ਕਜ਼ਨ ਅਸੀਂ ਇਕੱਠੇ ਹੋ ਕੇ ਆਏ ਹਾਂ ਇਸ ਜਿਹੜੇ ਸਾਡੇ ਬਾਬੇ ਸੀ ਉਹ ਭਰਾ ਸੀ ਅਸੀਂ ਉਹ ਇਕੱਠੇ ਹੋ ਕੇ ਆਏ ਹਾਂ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤੇ ਨਗਰ ਦੇ ਵਿੱਚ ਕੁਛ ਅੱਛੇ ਕੰਮ ਹੋ ਜਾਣ ਇਸ ਖਾਤਰ ਅਸੀਂ ਤੁਹਾਡੇ ਕੋਲ ਆਏ ਹਾਂ ਹੁਣ ਤੋਂ ਲੈ ਕੇ ਅਧਿਆਪਕ ਸਾਹਿਬਾਨ ਨੂੰ ਮੇਰੀ ਬੇਨਤੀ ਆ ਆਹ ਜਿਹੜਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਣਾ ਬੇਟੇ ਇਹ ਤੁਹਾਨੂੰ ਜਿਹੜੇ ਇਹ ਅਸੀਂ ਸਕਾਲਰਸ਼ਿਪ ਦਿੰਦੇ ਹਾਂ ਇਹ ਬੇਟੇ ਰਾਸ਼ੀ ਦੀ ਗੱਲ ਨਹੀਂ ਗੀ ਇਹ ਇਨਸੈਂਟਿਵ ਦੀ ਗੱਲ ਆ ਐਪਰੀਸ਼ੀਏਸ਼ਨ ਦੀ ਗੱਲ ਆ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਪੜ੍ਹਦੇ ਹਾਂ ਤੁਸੀਂ ਚੰਗੇ ਬੱਚੇ ਹਾਂ ਇਹ ਐਪਰੀਸ਼ੀਏਸ਼ਨ ਤੁਹਾਨੂੰ ਅੱਜ ਦਿੱਤੀ ਜਾਊਗੀ ਇਹ ਜਿਹੜਾ ਸਮਾਗਮ ਆ ਇਹ ਸਦਾ ਲਈ ਸੈੱਟ ਹੋ ਚੁੱਕਾ ਆ ਹਰੇਕ ਸਾਲ ਹੋਊਗਾ ਅਸੀਂ ਆਈਏ ਜਾਂ ਨਾ ਆਈਏ ਤੁਸੀਂ ਨਗਰ ਦੇ ਜਿਹੜੇ ਸਹਿਬਾਨ ਆ ਉਹਨਾਂ ਨੇ ਇੱਕ ਸਮਾਂ ਮਿਥਣਾ ਇਹ ਅਧਿਆਪਕ ਸਾਹਿਬਾਨ ਤੁਹਾਨੂੰ ਸਮੇਂ ਬਾਰੇ ਦੱਸੂਗੇ ਇਸ ਮਹੀਨੇ ਇਸ ਦਿਨ ਇਹ ਸਮਾਗਮ ਪੱਕਾ ਰੱਖਣਾ ਆਪਾਂ ਇਹਨੂੰ ਚਾਲੂ ਰੱਖਣਾ ਸਾਡੇ ਗਿਆਨ ਤੋਂ ਬਾਅਦ
ਇਹ ਬੰਦ ਨਾ ਹੋਵੇ, ਹਰੇਕ ਸਾਲ ਇਹ ਸਮਾਗਮ ਪੱਕਾ ਹੋ ਗਿਆ ਤੇ ਜੇ ਆਪਾਂ ਇਹਦੇ ਹੱਕ ਚ ਹਾਂ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ। ਤੇ ਇਹ ਗੱਲ ਇੱਕ ਪੱਕੀ ਤੇ ਨਾਲ ਦੀ ਨਾਲ ਸਾਨੂੰ ਪਤਾ ਲੱਗਾ ਕਿ ਮਾਸਟਰ ਸਾਹਿਬਾਨ ਨੇ ਸਾਡੇ ਨਾਲ ਇੱਕ ਸਾਂਝੀ ਗੱਲ ਕੀਤੀ ਬੇਟੇ, ਉਹ ਕੀਤੀ ਆ ਕਿ ਇਸ ਸਕੂਲ ਦੇ ਵਿੱਚ ਕੁਛ ਬੱਚੇ ਕਦੀ ਕਦੀ ਆਪਣੀਆਂ ਪਰਿਵਾਰਕ ਮਜਬੂਰੀਆਂ ਕਰਕੇ ਆਪਾਂ ਗਾਹਾਂ ਦੀ ਵਿਦਿਆ ਨਹੀਂ ਲੈ ਸਕਦੇ, ਆਪਾਂ ਗਾਹਾਂ ਕਾਲਜ ਦੇ ਵਿੱਚ ਨਹੀਂ ਜਾ ਸਕਦੇ, ਇਸ ਕਰਕੇ ਉਹਨਾਂ ਲਈ ਵੀ ਅਸੀਂ ਇੰਤਜ਼ਾਮ ਕਰ ਰਹੇ ਹਾਂ, ਸੋਚ ਵਿਚਾਰ ਕਰ ਰਹੇ ਹਾਂ। ਹਾਲ ਦੀ ਘੜੀ ਜੋ ਅੱਜ ਖਬਰ ਮਿਲੀ ਆ ਸਾਨੂੰ, ਇਹਨਾਂ ਨੇ ਇਹ ਗੱਲ ਦੱਸੀ ਆ ਵੀ ਇੱਕ ਚਾਚੋਵਾਲ ਤੋਂ ਬੇਟੀ ਬਹੁਤ ਹੁਸ਼ਿਆਰ ਪੜ੍ਹਨ ਲਈ ਤੇ ਉਹ ਬੇਟੀ ਦਾ ਪਰਿਵਾਰਕ ਕੁਛ ਸਮੱਸਿਆਵਾਂ ਕਰਕੇ ਉਹ ਗਾਹਾਂ ਦੀ ਵਿਦਿਆ ਦੇ ਵਿੱਚ ਦਾਖਲਾ ਨਹੀਂ ਲੈ ਸਕੀ। ਅਸੀਂ ਅੱਜ ਇਹ ਗੱਲ ਦਾ ਐਲਾਨ ਕਰ ਰਹੇ ਹਾਂ, ਉਸ ਬੱਚੀ ਦੀ ਵਿਦਿਆ ਦੇ ਜ਼ਿੰਮੇਵਾਰ ਅਸੀਂ ਹਾਂ। ਜਿੰਨਾ ਚਿਰ ਉਹ ਬੱਚੀ ਇੱਕ ਬਹੁਤ ਵੱਡੀ ਪੱਧਰ ਤੇ ਨਹੀਂ ਚਲੇ ਜਾਂਦੀ, ਅਗਰ ਉਹ ਵਕੀਲ ਬਣਨਾ ਚਾਹੁੰਦੀ ਆ ਜਾਂ ਇੰਜੀਨੀਅਰ ਬਣਨਾ ਚਾਹੁੰਦੀ ਆ ਜਾਂ ਸਾਇੰਟਿਸਟ ਬਣਨਾ ਚਾਹੁੰਦੀ ਆ ਜਾਂ ਡਾਕਟਰ ਬਣਨਾ ਚਾਹੁੰਦੀ ਆ, ਉਹਦੀ ਅੱਜ ਤੋਂ ਵਿਦਿਆ ਤੇ ਲੈ ਕੇ ਉਸ ਦਿਨ ਤੱਕ ਜਿੰਦਣ ਤੱਕ ਉਹ ਇੱਕ ਨੌਕਰੀ ਹਾਸਲ ਨਹੀਂ ਕਰਦੀ ਤੇ ਅਸੀਂ ਉਸ ਦੇ ਜ਼ਿੰਮੇਵਾਰ ਆ। ਉਹ ਸਾਡੀ ਧੀ ਆ, ਸਾਡੀ ਬੱਚੀ ਆ, ਅਸੀਂ ਉਹਦੇ ਜ਼ਿੰਮੇਵਾਰ। ਮੈਂ ਇਹ ਜ਼ਰੂਰ ਕਹੂੰਗਾ ਬੱਚਿਓ, ਅਸੀਂ ਤੁਹਾਡੇ ਨਾਲ ਮੁਹੱਬਤ ਕਰਦੇ, ਪਿਆਰ ਕਰਦੇ, ਅਸੀਂ ਦੋ ਹਫ਼ਤੇ ਇੱਥੇ ਹੋ ਰਹੇ ਹਾਂ, ਦੋ ਢਾਈ ਹਫ਼ਤੇ ਅਸੀਂ ਸਾਰੇ ਭਰਾ ਕਜ਼ਨ ਇੱਥੇ ਹਾਂ, ਰਾਹ ਗੜੀ ਜਾਂਦੇ ਹਾਂ। ਤੁਸੀਂ ਆਪਣੇ ਮੰਮੀ ਡੈਡੀ ਨੂੰ ਵੀ ਕਹਿਣਾ ਕਿ ਅੰਕਲ ਸਵੇਰੇ ਸਵੇਰੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਅਤੇ ਤੁਸੀਂ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਉਣੀ ਆ, ਅਤੇ ਤੁਸੀਂ ਕਿਸੇ ਵੀ ਬੱਚੇ ਨੇ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਿਨਾਂ ਸਾਡੇ ਕੋਲ ਦੀ ਨਹੀਂ ਲੰਘਣਾ, ਪ੍ਰੋਮਿਸ। ਬਹੁਤ ਵਧੀਆ, ਸਵੇਰੇ ਉੱਠ ਕੇ ਸਾਰਿਆਂ ਨੇ ਜਦੋਂ ਇੱਥੇ ਆਉਣਾ ਪ੍ਰਾਰਥਨਾ ਤੋਂ ਬਾਅਦ ਤੁਸੀਂ ਇੱਕ ਨਾਰਾ ਲਾਇਆ, ਉਹ ਨਾਰਾ ਕੀ ਆ, ਜ਼ਿੰਦਗੀ ਜ਼ਿੰਦਾਬਾਦ। ਇੱਕ ਵਾਰੀ ਜ਼ੋਰਦਾਰ ਕਹੋ ਜ਼ਿੰਦਗੀ ਜ਼ਿੰਦਾਬਾਦ। ਤੁਸੀਂ ਇਹ ਰੋਜ਼ ਦੁਹਰਾਉਣਾ, ਇੱਕ ਦਿਨ ਦੀ ਗੱਲ ਨਹੀਂ, ਇਹਨਾਂ ਨੂੰ ਇਹ ਪੁੱਛ ਲੈਣਾ ਵੀ ਰੋਜ਼ ਕਹਿੰਦੇ ਆ, ਇੱਕ ਆਪਾਂ ਲੱਭ ਜ਼ਰੂਰ ਕਹਿ ਲਈਏ। ਤੁਸੀਂ ਇੱਕ ਦੂਸਰੇ ਨੂੰ ਹੁਣ ਬਾਂਹ ਚੱਕ ਕੇ ਇਹਦਾ ਜਵਾਬ ਦੇਣਾ, ਤੁਸੀਂ ਕਹਿਣਾ ਵੀ ਲਵ ਯੂ, ਇਹ ਰੋਜ਼ ਕਹਿਣਾ ਆਪਾਂ। ਸੋ ਵਾਂਸ ਅਗੇਨ ਬੇਟੇ, ਤੁਸੀਂ ਸਾਡੇ ਬੱਚੇ ਆ, ਵੀ ਲਵ ਯੂ, ਵੀ ਰਿਸਪੈਕਟ ਯੂ, ਤੁਸੀਂ ਸਾਡੇ ਨਾਲੋਂ ਬਹੁਤ ਸਿਆਣੇ ਆ, ਤੁਹਾਨੂੰ ਰੱਬ ਨੇ ਮੌਕਾ ਦਿੱਤਾ, ਅਸੀਂ ਦੇਖਦੇ ਹਾਂ। ਮੈਂ ਬੱਚਿਆਂ ਨੂੰ, ਤੁਸੀਂ ਦਸਵੀਂ ਕਲਾਸ ਦੇ ਛੋਟੇ ਛੋਟੇ ਬੱਚੇ ਆ, ਆਲਰੇਡੀ ਦਸਵੀਂ ਕਲਾਸ ਦੇ ਆ, ਤੋ ਮੈਂ ਤੁਹਾਨੂੰ ਸਲੂਟ ਕਰਦਾ ਤੇ ਸਾਡਾ ਭਵਿੱਖ, ਸਾਡਾ ਫਿਊਚਰ, ਸਾਡਾ ਪਿੰਡ ਤੁਹਾਡੇ ਤੇ ਬਿਜੇ ਖੜਾ ਹੁੰਦਾ ਵੀ, ਆਓ ਪਿੰਡ ਨੂੰ ਮੋੜ ਕੇ ਸ਼ਾਨਦਾਰ ਬਣਾਈਏ। ਤੁਸੀਂ ਅੱਜ ਤੋਂ ਪ੍ਰਣ ਕਰੋ, ਮੇਰੇ ਨਾਲ ਪ੍ਰੋਮਿਸ ਕਰੋ, ਜਦੋਂ ਆਹ ਗੇਟ ਪਾਰ ਕਰਨਾ, ਗੇਟ ਦੇ ਬਾਹਰ ਕੋਈ ਪੇਪਰ ਖਿੱਲਣੇ ਵਾਲੀ ਚੌਕੇ ਜੇਬ ਚ ਜਾ ਕੇ ਆਪਣੇ ਘਰ ਘਰ ਤੇ ਸਿੱਟਣਾ, ਪੱਕੀ ਸ਼ਰਤ ਰਹੀ ਕਰੋਗੇ ਤੁਸੀਂ ਜਦੋਂ ਇੱਥੋਂ ਲੈ ਕੇ ਪੇਪਰ ਜਿਹੜਾ ਬਾਹਰ ਦੀਦਾ, ਆਪਾਂ ਕੋਈ ਲਾਰਾ ਪਿਆ ਨਹੀਂ ਮੰਨਣਾ। ਜੇ ਤੁਸੀਂ ਸਹਿਮਤ ਆ ਤਾਂ ਇੱਕ ਵਾਰੀ ਜ਼ੋਰ ਨਾਲ ਬਾਹਾਂ ਖੜੀਆਂ ਕਰਕੇ ਤਾੜੀਆਂ ਵੀ ਮਾਰ ਦਿਓ, ਜੇ ਨਹੀਂ ਤਾਂ ਕੋਈ ਗੱਲ ਨਹੀਂ। ਬਾਕੀ ਮੇਰੀਆਂ ਇਹ ਬੇਨਤੀਆਂ ਤੇ ਆਪਾਂ ਮਿਲਦੇ ਹਾਂ ਤੇ ਗਾਹਾਂ ਦਾ ਪ੍ਰੋਗਰਾਮ ਮਾਸਟਰ ਸਾਹਿਬਾਨ ਤੁਹਾਨੂੰ ਕਰਦੇ ਆ। ਵਾਂਸ ਅਗੇਨ ਪੀਂਦਾ ਵੀ ਜੀ, ਆਪਾਂ ਬਾਅਦ ਵਿੱਚ ਮਿਲਦੇ ਹਾਂ, ਚਾਹ ਵੀ ਪੀਂਦੇ ਹਾਂ ਆਪਾਂ। ਬਹੁਤ ਬਹੁਤ ਧੰਨਵਾਦ ਸਾਰੇ ਆਏ ਮਹਿਮਾਨਾਂ ਦਾ, ਸਾਰਿਆਂ ਦਾ ਤਹਿ ਦਿਲ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਸਾਡੇ ਤੁਸੀਂ ਸਕੂਲ ਦੇ ਵਿੱਚ ਆਏ, ਪਿੰਡ ਬਾਰੇ, ਬੱਚਿਆਂ ਬਾਰੇ, ਉਹਨਾਂ ਨੂੰ ਉਤਸ਼ਾਹਿਤ ਕਰਨ ਬਾਰੇ ਅਤੇ ਚੰਗੀਆਂ ਆਦਤਾਂ ਪਾਉਣ ਦੇ ਲਈ, ਉਹਨਾਂ ਨੂੰ ਇਨਕਰੇਜ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਅਸੀਂ ਜੋ ਇਨਾਮ ਵਾਲੀ ਸਮਾਰੋਹ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ। ਪਹਿਲੀ ਜਮਾਤ ਦੇ ਵਿੱਚ ਲੋਕ ਦਾ ਦੀ ਲੋਕ, ਅੱਛਾ
ਕਿੰਨਾ ਮੈਂ ਨਾਮ ਬੋਲ ਦਿੰਦਾ ਉਸ ਤੋਂ ਪਹਿਲਾਂ ਸਤਵੰਤ ਸੱਜਣ ਇੱਕ ਜਾਂ ਦੋ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਨਾਮ ਪਹਿਲਾਂ ਪਹਿਲੀ ਵਾਲਿਆਂ ਦੇ ਬੋਲ ਦਿੰਦਾ ਮੈਂ ਤਾਨੀਆ ਡਾਕਟਰ ਆਫ ਰੂਪ ਲਾਲ ਤਿਆਰ ਰਹੋ ਮਨਜੋਤ ਡਾਕਟਰ ਆਫ ਰੂਪ ਲਾਲ ਪਹਿਲੀ ਕਲਾਸ ਵਿਚਲੇ ਆਏ ਮੈਂ ਮੰਚ ਤੇ ਬੇਨਤੀ ਕਰਦਾ ਸ਼੍ਰੀ ਸੁਰਜੀਤ ਜੀ ਨੂੰ ਕਿ ਉਹ ਆਉਣ ਤੇ ਬੱਚਿਆਂ ਦੇ ਨਾਲ ਮੁਖਾਤਿਬ ਹੋਣ ਉਹਨਾਂ ਦੇ ਵਿਚਾਰ ਸੁਣੋ ਆਓ ਜੀ ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਬੱਚਿਆਂ ਨੂੰ ਉਹਨਾਂ ਦੇ ਮਾਂ ਪਿਓ ਨੂੰ ਟੀਚਰ ਸਾਹਿਬਾਨ ਸਾਰਿਆਂ ਨੂੰ ਵੈਸੇ ਮੇਰੇ ਛੋਟੇ ਭਾਈ ਨੇ ਕੋਈ ਕਸਰ ਨਹੀਂ ਛੱਡੀ ਕਿਸੇ ਪਾਸੋਂ ਵੀ ਤਕਰੀਬਨ ਉਹਨੇ ਸਾਰੇ ਐਂਗਲ ਜਿਹੜੇ ਨੇ ਉਹ ਤਕਰੀਬਨ ਕਵਰ ਕਰ ਲਿਆ ਔਰ ਇੱਕ ਮੈਂ ਤੁਹਾਨੂੰ ਯਕੀਨ ਨਾਲ ਦੱਸ ਸਕਦਾ